ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ, ਭਗਵੰਤ ਮਾਨ ਜੀ ਦਾ ਮੰਜਾ ਪਾਵਿਆਂ ਸਮੇਤ ਜਲੰਧਰ ਵੈਸਟ ਦੇ ਲੋਕਾਂ ਨੇ ਚੁੱਕ ਕੇ ਇਹਦੇ ਪਿੰਡ ਸਤੌਜ ਦੀ ਬੰਬੀ ਦੇ ਛੱਡ ਕੇ ਆਉਣਾ 10 ਤਰੀਕ ਤੋਂ ਬਾਅਦ। ਇਹ ਮੈਨੂੰ ਪੂਰਨ ਫੇਰ ਲੇਕਿਨ ਆਵਾਂਗੇ ਹੁਣ ਅਗਲੀ ਗੱਲ ਤੁਸੀਂ ਹੁਣ ਜਵਾਬ ਦਿਓ ਲੋਟਸ ਆਪਰੇਸ਼ਨ ਦੇ ਦੱਸੋ। ਲੋਟਸ ਤਾਂ ਮੈਂ ਦੱਸਣਾ ਚਾਹੁੰਦਾ, ਵੇਖੋ ਇਸ ਤੋਂ ਵੱਡੀ ਬਦਕਿਸਮਤੀ ਜਿਹੜੇ ਆਦਮੀ ਨੂੰ ਸਾਰਿਆਂ ਨੂੰ ਪਹਿਲੇ ਜਿਹੜਾ ਸ਼ੀਤਲ ਉਂਗਰਾਲ, ਇਹ ਹਿਸਟਰੀ ਸ਼ੀਟਰ ਨੋਨ ਹਿਸਟਰੀ ਸ਼ੀਟਰ, ਉਹ ਪਾਰਟੀ ਜਿਹੜੀ ਬਦਲਾਵ ਦੀ ਗੱਲ ਕਰਦੀ ਸੀ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ, ਸ਼ਹਿਰਾਂ ਦੀਆਂ ਸੱਥਾਂ ਵਿੱਚੋਂ ਇਲੈਕਸ਼ਨਾਂ ਜਿਹੜੀਆਂ ਤੁਹਾਡੀ ਗੱਲ ਰੱਖੀ ਜਾਏਗੀ, ਪਿੰਡਾਂ ਦੀਆਂ ਸੱਥਾਂ 'ਚੋਂ ਰੱਖੀ ਜਾਏਗੀ। ਨੋਨ ਹਿਸਟਰੀ ਸ਼ੀਟਰ ਨੂੰ ਉਹਨੇ ਟਿਕਟ ਦਿੱਤੀ, ਫਿਰ ਨੋਨ ਹਿਸਟਰੀ ਸ਼ੀਟਰ ਨੇ ਉਹੀ ਕੰਮ ਕੀਤਾ ਜਿਹੜਾ ਉਹਦੀ ਇੱਕ ਉਹਦਾ ਤੌਰ ਤਰੀਕਾ ਸੀ। ਸਾਰਿਆਂ ਨੂੰ ਪਹਿਲੇ ਇੱਕ ਸਪੈਸ਼ਲ ਸੈਸ਼ਨ, ਜਿਹੜਾ ਭਗਵੰਤ ਮਾਨ ਦੀ ਪਾਰਟੀ ਨੇ ਅਤੇ ਇਹਨਾਂ ਦੀ ਸਰਕਾਰ ਨੇ ਧੋਖਾ ਕੀਤਾ ਪੰਜਾਬ, ਕਰੋੜਾਂ ਰੁਪਏ ਇੱਕ ਸੈਸ਼ਨ 'ਤੇ, ਕਰੋੜ ਰੁਪਈਆ ਰੋਜ਼ ਦਾ ਖਰਚ ਹੁੰਦਾ, ਇਹਨਾਂ ਸੈਸ਼ਨ ਸੱਦਿਆ, ਉਹਦੇ ਵਿੱਚ ਇਲਜ਼ਾਮ ਲਗਾਇਆ ਫਲੋਰ ਆਫ ਦੀ ਹਾਊਸ ਦੇ ਚੀਫ ਮਿਨਿਸਟਰ ਨੇ ਕਿ ਸਾਡੇ MLA ਨੂੰ ਭਾਜਪਾ ਨੇ, ਭਾਰਤੀ ਜਨਤਾ ਪਾਰਟੀ ਨੇ 25-25 ਕਰੋੜ ਰੁਪਈਆ ਔਫਰ ਕੀਤਾ ਪਾਰਟੀ ਬਦਲਣ ਵਾਸਤੇ, ਡਿਫੈਕਸ਼ਨ ਕਰਾਉਣ ਵਾਸਤੇ। ਵਿਜੀਲੈਂਸ ਚੀਫ ਦੇ ਕੋਲ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਜੀ, ਸੀਤਲ ਉਂਗਰਾਲ ਅਤੇ ਕਈ ਹੋਰ MLA ਨਾਲ ਲੈ ਕੇ ਜਾਂਦੇ, ਬਿਆਨ ਦਿੰਦੇ ਨੇ, FIR ਦਰਜ ਹੁੰਦੀ ਹੈ। ਉਸ ਸੀਤਲ ਉਂਗਰਾਲ ਦੇ ਬਿਆਨਾਂ 'ਤੇ FIR ਦਰਜ ਹੋਈ ਭਾਜਪਾ ਦੇ ਖਿਲਾਫ, ਅਤੇ ਉਹੀ ਭਾਜਪਾ ਸਾਲ ਬਾਅਦ ਉਸੇ ਕੈਂਡੀਡੇਟ ਨੂੰ ਆਪਣਾ ਸਿੰਬਲ ਦੇ ਕੇ ਆਪਣਾ ਕੈਂਡੀਡੇਟ ਲੈ ਆਉਂਦੀ ਹੈ। ਮੈਂ ਪੁੱਛਣਾ ਚਾਹੁੰਦਾ ਸਾਰਿਆਂ ਨੂੰ, ਪਹਿਲੇ ਭਾਜਪਾ ਦੀ ਲੀਡਰਸ਼ਿਪ ਨੂੰ, ਵਿਸ਼ੇਸ਼ ਤੌਰ ਸੁਨੀਲ ਜਾਖੜ ਜੀ ਨੂੰ, ਜਾਖੜ ਸਾਹਿਬ, ਇਸ ਕਿਸਮ ਦੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਸੀ, ਤੁਹਾਨੂੰ ਕੋਈ ਹੋਰ ਬੰਦਾ ਨਹੀਂ ਲੱਭਿਆ ਜਿਨ੍ਹਾਂ ਨੇ ਤੁਹਾਡੀ ਪਾਰਟੀ ਨੂੰ ਅਕਿਊਜ਼ ਕੀਤਾ 25-25 ਕਰੋੜ ਰੁਪਈਆ ਦੇਣ ਦਾ, ਉਹੀ ਬੰਦਾ ਤੁਸੀਂ ਸਾਲ ਬਾਅਦ ਲੈ ਆਉਂਦੇ ਹੋ। ਅਤੇ ਮੈਂ ਆਪ ਨੂੰ ਪੁੱਛਣਾ ਚਾਹੁੰਦਾ, ਤੁਸੀਂ ਅਕਾਲੀ ਦਲ ਦਾ ਬੰਦਾ ਛੱਡ ਕੇ ਆਪਣਾ ਕੈਂਡੀਡੇਟ ਬਣਾ ਲੈਂਦੇ, ਤੁਹਾਡਾ ਆਪਣਾ MP ਜਿਹੜਾ ਪਹਿਲੇ ਕਾਂਗਰਸ ਕੋਲ ਲੈ ਕੇ ਜਾਂਦੇ ਹੋ, ਤੁਸੀਂ ਕਹਿੰਦੇ ਸੀ ਅਸੀਂ ਡਿਫੈਕਟਿਵ ਬੰਦੇ ਜਿਹੜੇ ਡਿਫੈਕਸ਼ਨ ਕਰਾ ਕੇ ਨਹੀਂ ਲੈ ਕੇ ਆਉਣਾ, ਤੁਸੀਂ ਕਾਂਗਰਸ ਦੇ ਇੱਕ XML ਨੂੰ ਆਪਣੇ ਕੋਲੋਂ ਟਿਕਟ ਦੇ ਕੇ MP ਬਣਾਉਂਦੇ ਹੋ, ਉਹ ਬੰਦਾ ਪਹਿਲੇ ਤੁਹਾਡੇ ਕੋਲ ਨਗਦ ਰਹਿਣ ਲੈਂਦਾ, ਫਿਰ ਭਾਜਪਾ ਕੋਲ ਲੈ ਕੇ 3-2.5 ਸਾਲਾਂ ਦੇ ਵਿੱਚ 3 ਪਾਰਟੀਆਂ ਬਦਲ ਲੈਂਦਾ, ਪਹਿਲੇ ਕਾਂਗਰਸ ਤੋਂ ਆਪ ਅਤੇ ਆਪ ਤੋਂ। ਮੈਂ ਸਾਰੇ ਹਿੰਦੁਸਤਾਨ 'ਚ ਇੱਕ ਵਾਹਦ MP ਵੇਖਿਆ ਹੋਏਗਾ ਜਿਹੜਾ ਇੱਕ ਪਾਰਟੀ ਤੋਂ MP ਬਣਦਾ ਇੱਕ ਸਾਲ 'ਚ, ਫਿਰ ਉਹ ਉਸੇ ਪਾਰਟੀ ਦਾ ਅਨਾਊਂਸਡ ਕੈਂਡੀਡੇਟ ਪਾਰਟੀ ਛੱਡਦਾ ਅਤੇ ਭਾਜਪਾ ਦਾ ਕੈਂਡੀਡੇਟ ਬਣ ਜਾਂਦਾ। ਅਤੇ ਜਿਸ ਤਰ੍ਹਾਂ ਜਲੰਧਰ ਦੇ ਲੋਕਾਂ ਨੂੰ, ਵੈਸਟ ਦੇ ਲੋਕਾਂ ਨੂੰ ਮੈਂ ਬਹੁਤ ਦਿਲੀ ਮੁਬਾਰਕਬਾਦ ਪੇਸ਼ ਕਰੂੰਗਾ, ਇਹ ਜਿਹੜੇ ਨੋਨ ਡਿਫੈਕਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜ ਕੇ ਘੱਲਿਆ। ਅਤੇ ਮੈਨੂੰ ਪੂਰਨ ਆਸ ਹੈ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਿੱਛੇ ਹੋ ਕੇ ਹਟੀ ਹੈ ਉਹਦੇ ਵਿੱਚ ਚੰਨੀ ਜੀ ਨੂੰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ 44,000 ਵੋਟ ਜਲੰਧਰ ਵੈਸਟ 'ਚੋਂ ਪਈ, ਭਾਜਪਾ ਨੂੰ ਪਈ ਹੈ 42,000, ਆਪ ਨੂੰ ਪਈ 15,000, 42 ਦੀ ਇਹਨਾਂ ਦੀ 32 ਨਹੀਂ ਟੱਪਣੀ। ਐਤਕੀ ਭਾਜਪਾ ਮੇਰੀ ਪੇਸ਼ਗੋਈ ਹੈ, ਇੱਕ ਸਿੰਗਲ ਇਸ਼ੂ 'ਤੇ ਇਹਨਾਂ ਨੂੰ ਵੋਟਾਂ ਪਈਆਂ ਸੀ, ਉਹ ਇਸ਼ੂ ਖਤਮ ਹੋ ਗਿਆ, ਹੁਣ ਇਸ ਤੋਂ ਬਾਅਦ ਇਹ 32 ਧੁੱਤੇ ਨਹੀਂ ਜਾਂਦੇ, ਅਤੇ ਤੁਸੀਂ ਮੈਨੂੰ ਆਪੇ ਦੱਸੋ 15 ਤੋਂ ਕਿੱਥੋਂ ਤੱਕ ਵਧਾ ਪੈਣਗੇ। ਅਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ, ਜਿਸ ਕੈਂਡੀਡੇਟ ਨੂੰ ਤੁਸੀਂ ਟਿਕਟ ਐਤਕੀ ਦਿੱਤੀ, ਉਹ ਭਗਤ ਜੀ ਨੂੰ ਲੋਕ ਵੋਟਾਂ ਕਿਸ ਤਰ੍ਹਾਂ ਪਾਉਣਗੇ? ਭਗਤ ਜੀ ਦੇ ਆਪਣੇ ਪਿਤਾ ਜੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ, ਜੇ ਉਹਨਾਂ ਨੂੰ ਫੇਥ ਹੈ ਨਹੀਂ ਆਪਣੇ ਮੁੰਡੇ 'ਤੇ, ਅਤੇ ਵੈਸਟ ਦੇ ਲੋਕ ਕਿਸ ਤਰ੍ਹਾਂ ਉਹਨੂੰ ਵੋਟਾਂ ਪਾਉਣਗੇ? ਚੂਨੀ ਲਾਲ ਜੀ ਭਾਜਪਾ 'ਚ ਨੇ,
ਮੁੰਡਾ ਉਹਨਾਂ ਦਾ ਆਪਦੇ ਵਿੱਚ ਸਾਨੂੰ ਤੇ ਇਹ ਨਹੀਂ ਸਮਝ ਆ ਰਹੀ ਕਿ ਕਿਹੜਾ ਕਿੱਧਰ ਹੈ। ਸਾਡੇ ਕੋਲ ਓਰੀਜਨਲ ਕੈਂਡੀਡੇਟ ਸੀ, ਇੱਕ ਵਰਕਰ ਨੂੰ ਅਸੀਂ ਟਿਕਟ ਦਿੱਤੀ, ਵੇਖੋ ਸਾਰੋਂ ਵੱਡੀ ਕਿਸੇ ਰਿਸ਼ਤੇਦਾਰੀ 'ਚ ਨਹੀਂ ਪਈ, ਕੋਈ ਪਡਿਗਰੀ ਦੀ ਗੱਲ ਨਹੀਂ ਹੋਈ। ਅਸੀਂ ਇੱਕ ਲੇਡੀ ਨੂੰ, ਸਾਡੀ ਭੈਣ ਨੂੰ ਟਿਕਟ ਦਿੱਤੀ ਹੈ, ਜਿਹੜੀ 5 ਵਾਰ ਦੀ, ਪਹਿਲੇ ਉਹਨਾਂ ਦੇ ਲੇਟ ਹਸਬੈਂਡ ਰਾਮ ਆਸਰਾ ਜੀ ਇੱਥੋਂ ਦੇ ਕਾਰਪੋਰੇਟਰ ਸਨ, 4 ਵਾਰ ਦੇ ਉਹ ਨੇ, 25 ਸਾਲ ਤੋਂ ਲਗਾਤਾਰ ਆਪਣੇ ਏਰੀਏ ਦੀ ਇਮਾਨਦਾਰੀ ਨਾਲ ਉਹ ਸੇਵਾ ਕਰ ਰਹੇ ਨੇ। ਇੱਕ ਲੇਡੀ ਨੂੰ ਦਿੱਤੀ ਟਿਕਟ ਅਤੇ ਤੁਹਾਡੇ ਸਾਹਮਣੇ ਹੀ ਆ, ਬਾਕੀ ਤਾਂ ਤੁਹਾਨੂੰ ਇਹ ਵੇਖੋ ਅਕਾਲੀ ਦਲ ਨੇ ਜਿਹਨੂੰ ਦਿੱਤੀ ਉਹ ਖੁਦ ਹੀ ਤਰੋੜ ਵਿਛੋੜਾ ਕਰ ਲਿਓ ਅਤੇ ਉਹਨਾਂ ਨੂੰ ਡਿਸੋਨ ਹੀ ਕਰ ਗਏ ਨੇ। ਤੋ ਇਸ ਟਾਈਮ ਦੇ ਉੱਤੇ ਮੈਂ ਸਮਝਣਾ ਕਿ ਜਲੰਧਰ ਵੈਸਟ ਦੇ ਮੇਰੇ ਵੀਰਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰੂੰਗਾ, ਤਗੜੇ ਹੋ ਕੇ ਆਪਣੀ ਭੈਣ ਨੂੰ ਵੋਟਾਂ ਪਾ ਕੇ 5 ਦੇ ਚੋਣ ਨਿਸ਼ਾਨ 'ਤੇ ਕਾਮਯਾਬ ਕਰੋ। ਅਤੇ ਮੇਰੀ ਇੱਕ ਪੇਸ਼ਗੋਈ ਹੋਰ ਸੁਣ ਲਓ, ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਗਿਆ, ਇਹ ਤਾਂ ਇੱਥੇ ਘਰ ਕਹਿੰਦਾ ਮੈਂ 2 ਦਿਨਾਂ 'ਚ ਆਇਆ ਕਰੂੰ, ਇਹਨੇ ਇੱਥੇ ਇੱਥੇ ਆਉਣਾ ਜੀ, ਇਹ ਤਾਂ ਜਿਹੜੇ ਘਰ 'ਚ ਉਹਦੇ 'ਚ ਨਹੀਂ ਰਹਿਣ ਜੋਗਾ ਰਹਿ ਜਾਣਾ। ਤੋ ਹੀ ਇਜ਼ ਔਨ ਇਜ਼ ਵੇ ਆਊਟ। ਆਪ ਨੇ ਮਨ ਬਣਾ ਲਿਆ, ਸਾਨੂੰ ਵੀ ਜਿਹੜੀ ਟੌਪ ਸੋਰਸਿਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਲੰਧਰ ਵੈਸਟ ਦਾ ਰਿਜ਼ਲਟ ਆਇਆ ਹਾਰ ਗਿਆ, ਇਹਨਾਂ ਨੇ ਇਹਦੀ ਇਹਦਾ ਮੰਜਾ ਚੁੱਕ ਕੇ ਇਹਦਾ ਇਹਦੇ ਪਿੰਡ ਛੱਡਣਾ। ਤੋ ਇੰਨੀ ਹੀ ਗੱਲ ਮੈਂ ਕਹਿਣਾ ਚਾਹੁੰਦਾ। ਮੈਂ ਆਪਣੇ ਸਾਥੀ ਨੂੰ ਬਾਜਵਾ ਸਾਹਿਬ, ਕੇਜਰੀਵਾਲ ਕੋ ਜੋ ਹਾਈਕੋਰਟ ਦੁਆਰਾ ਆਦੇਸ਼ ਦੇਣੇ ਕੇ ਬਾਅਦ CBI ਨੇ ਗ੍ਰਿਫਤਾਰ ਕਰ ਲਿਆ, ਉਸਕੇ ਬਾਰੇ ਮੇਂ ਦੇਖੋ, ਕੋਰਟ ਕੇ ਫੈਸਲੇ ਮੇਂ ਮੈਂ ਕੋਈ ਉਸ ਪਰ ਟਿੱਪਣੀ ਨਹੀਂ ਕਰਨਾ ਚਾਹੂੰਗਾ। ਕੋਰਟਸ ਜੋ ਹੈ ਉਸ ਪਰ ਪੂਰਨ ਫੇਥ ਹੈ, ਹਰ ਹਿੰਦੁਸਤਾਨ ਕੀ ਜਮਾਤ ਕਾ, ਹਮਾਰੇ ਹਰ ਪੋਲੀਟੀਕਲ ਜਮਾਤ ਕੋ, ਹਰ ਆਦਮੀ ਕੋ, ਜਹਾਂ ਕੋਰਟਸ ਕੇ ਇੰਟਰਫੇਰੈਂਸ ਹੈ ਤੋ ਵਹਾਂ ਤੋਂ ਹਮ ਕੋਈ ਆਪਣੀ ਦਲੀਲ ਅਪੀਲ ਪੇਸ਼ ਨਹੀਂ ਕਰਨਾ ਚਾਹੁੰਦੇ। ਕੋਰਟ, ਵੀ ਹੈਵ ਕੰਪਲੀਟ ਫੇਥ ਇਨ ਦੀ ਕੋਰਟਸ ਆਫ ਇੰਡੀਆ, ਦੇ ਇੰਡੀਪੈਂਡੈਂਟ ਕੋਰਟਸ, ਜੋ ਉਨ੍ਹਾਂ ਫੈਸਲਾ ਉਸ ਪਰ ਮੈਂ ਕੋਈ ਟਿੱਪਣੀ। ਕੱਲ ਲੋਕ ਸਭਾ ਸਪੀਕਰ ਨੇ ਜੋ ਰਾਜਕੁਮਾਰ ਚੱਬੇਵਾਲ ਹੈ ਜੋ MP ਬਣੇ, ਉਨ੍ਹਾਂ ਕਿਹਾ ਕਿ ਆਪ ਡਿਪਟੀ ਸਪੀਕਰ ਕਾ ਕਾਨੂੰਨ ਸਿੱਖ ਕੇ ਆਈਏ। ਡਿਪਟੀ ਸਪੀਕਰ ਲੇਕਰ ਉਨ੍ਹਾਂ ਕੱਲ ਕਿਹਾ ਥਾ ਜੋ ਲੋਕ ਸਭਾ ਕੇ ਸਪੀਕਰ ਕੋ, ਤੋ ਲੋਕ ਸਭਾ ਕੇ ਸਪੀਕਰ ਨੇ ਉਨ੍ਹਾਂ ਨਸੀਹਤ ਦੀ ਕਿ ਆਪ ਪਹਿਲੇ ਡਿਪਟੀ ਸਪੀਕਰ ਕਾ ਕਾਨੂੰਨ ਜੋ ਪੜ੍ਹ ਕੇ ਆਈਏ। ਮੈਂ ਭਗਵੰਤ ਮਾਨ ਨੂੰ ਪਹਿਲੇ ਪੁੱਛਣਾ ਚਾਹੁੰਦਾ, ਭਗਵੰਤ ਜੀ 21 ਅਪ੍ਰੈਲ 2023 ਨੂੰ ਜਲੰਧਰ ਵਿੱਚ ਚੌਧਰੀ ਸੰਤੋਖ ਸਿੰਘ ਹੋਣਾ ਦੀ ਮੌਤ ਤੋਂ ਬਾਅਦ ਜਿਹੜੀ ਬਾਈ ਇਲੈਕਸ਼ਨ ਹੋਈ ਸੀ, ਤੁਸੀਂ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਤੇ ਤੁਸੀਂ, ਅਸੀਂ ਸਪੋਰਟਸ ਦੀ ਯੂਨੀਵਰਸਿਟੀ ਦੇਵਾਂਗੇ, ਇੱਕ PGI ਵਰਗਾ ਇੱਥੇ ਇੰਸਟੀਚਿਊਟ ਲੈ ਕੇ ਆਵਾਂਗੇ, ਇੱਕ ਜਿਹੜਾ ਬਰਿਆ ਕਪੂਰਥਲਾ ਰੋਡ ਤੇ ਬਰਿਆਨਾ ਪਿੰਡ ਉਹਦੇ ਵਿੱਚ ਜਿਹੜਾ ਡੰਪ ਹੈ ਇਹ ਅਸੀਂ ਚੁੱਕਾਂਗੇ, ਜੋ ਗੰਦਗੀ ਦਾ ਕੰਮ ਹੈ ਜਲੰਧਰ 'ਚ ਉਹ ਸਾਫ਼ ਕਰਾਂਗੇ, ਇੰਡਸਟਰੀਅਲ ਏਰੀਆਜ਼ ਨੂੰ ਅਸੀਂ ਉੱਥੇ ਪੁਲਿਸ ਵੀ ਮੁਹੱਈਆ ਕਰਾਵਾਂਗੇ, ਅਸੀਂ ਸੜਕਾਂ ਵੀ ਬਣਾਵਾਂਗੇ, ਅਸੀਂ ਲਾਈਟਿੰਗ ਦਾ ਪ੍ਰਬੰਧ ਵੀ ਇੰਡਸਟਰੀਅਲ ਏਰੀਆਜ਼ 'ਚ ਕਰਾਂਗੇ, ਅਸੀਂ ਸੀਵਰੇਜ ਦਾ ਵੀ ਕਰਾਂਗੇ। ਹਰ ਪਾਸੇ ਤੁਸੀਂ ਫੇਲ ਹੋ, ਨਾ ਤੁਸੀਂ ਔਰਤਾਂ ਨਾਲ, ਸਾਡੀਆਂ ਭੈਣਾਂ ਨਾਲ, ਜਿਹੜਾ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉਮਰ ਤੋਂ ਵੱਧ ਨੂੰ 1000 ਰੁਪਇਆ ਦੇਵਾਂਗੇ, ਇੱਕ ਵੀ ਇਹੋ ਜਿਹਾ ਕੋਈ ਫੈਸਲਾ ਨਹੀਂ ਤੁਹਾਡਾ ਜਿਹੜਾ ਤੁਸੀਂ ਆਪਣੀ ਗਰੰਟੀ ਪੂਰੀ ਕਰ ਸਕੋ। ਲੋਕ ਤੁਹਾਨੂੰ ਵੋਟਾਂ ਕਿਉਂ ਪਾਣਗੇ? ਤੇ ਤੁਸੀਂ ਸ਼ਹਿਰ ਤੋਂ ਬਾਹਰ ਆ ਕੇ ਮਕਾਨ ਲੈ ਲਏ ਆ, ਤੁਹਾਨੂੰ ਲੱਭਣ ਕੌਣ ਜਾਏਗਾ? ਲੱਭ ਰਹੇ ਨਹੀਂ, ਸੋ ਜਲੰਧਰ ਦੇ ਲੋਕਾਂ ਵਾਸਤੇ ਬਹੁਤ ਭਾਰੀ ਟ੍ਰੈਫਿਕ ਦੀ ਜਿਹੜੀ ਇੱਕ ਪ੍ਰੋਬਲਮ, ਚੀਫ ਮਿਨਿਸਟਰ ਜਿੱਥੇ ਜਾਂਦਾ ਟ੍ਰੈਫਿਕ ਜੈਮ ਹੁੰਦੇ ਨੇ, ਦੇਣ ਲੈਣ ਨੂੰ ਕੁਝ ਨਹੀਂ, ਸ਼ਹਿਰ ਦਾ ਵੀ ਨੁਕਸਾਨ ਕਰ ਰਹੇ ਤੇ ਜਲੰਧਰ ਨੂੰ ਵੀ ਪਰੇਸ਼ਾਨ। ਉਹੀ ਵਾਅਦੇ ਹੁਣ ਦੁਬਾਰਾ ਕੀਤੇ ਗਏ ਨੇ, ਸਟਰੀਟ ਲਾਈਟਾਂ ਦਾ, ਵਾਇਰ ਦਾ, ਰੋਡ ਦਾ, ਕੀ ਲੱਗਦਾ? ਮੈਂ ਤਾਂ ਇੰਨੀ ਗੱਲ ਹੀ ਤੁਹਾਨੂੰ ਕਹਿ ਸਕਦੇ, ਇਹਨਾਂ ਦੀ ਆਪਣੀ ਟਿਊਬ ਲਾਈਟ ਬੰਦ ਹੋਣ ਵਾਲੀ, ਇਹਨਾਂ ਨੇ ਕਹਿ ਦੀ
ਲਾਈਟ ਕਿੱਥੋਂ ਜਗਾਣੀ ਹੈ? ਜੰਪ ਨੂੰ ਲੈ ਕੇ ਬਾਜਵਾ ਸਾਹਿਬ ਇਲਜ਼ਾਮ ਲਗਾਉਂਦੇ ਹਰਜੋਤ ਮਹਿਸੂਨ ਨੇ, ਕੱਲ ਕਾਨਫਰੰਸ ਵੀ ਕੀਤੀ ਹੈ ਕਿ ਮੈਡਮ ਜਦੋਂ ਖੁਦ ਕੌਂਸਲਰ ਰਹੇ ਹੈ, ਜਦੋਂ ਖੁਦ ਸੀਨੀਅਰ ਡਿਪਟੀ ਮੇਅਰ ਰਹੇ ਹੈ, ਜੰਪ ਦਾ ਕੁਛ ਕਰਾ ਕਹਿ ਰਹੇ ਕਿ 760 ਕਰੋੜ ਰੁਪਏ ਦਾ ਘਪਲਾ ਹੋਇਆ, ਉਹਦਾ ਹਿਸਾਬ ਕਿ ਸਮਾਰਟ ਸਿਟੀ ਤੋਂ ਹੈ? ਸਮਾਰਟ ਸਿਟੀ ਦਾ ਮੈਨੂੰ ਇਹ ਦੱਸੋ, 2.5 ਸਾਲ ਇਹਨਾਂ ਨੂੰ ਗਵਰਨਮੈਂਟ 'ਚ ਹੋ ਗਏ ਨੇ, ਅਤੇ ਜੇ ਘਪਲਾ ਹੋਇਆ ਸੀ ਤਾਂ ਜਿੱਥੇ ਬਾਕੀ ਇਨਕੁਆਇਰੀਆਂ ਕਰਾਈਆਂ ਜੀ ਇਹ ਵੀ ਕਰਾ ਲੈਣੀ ਸੀ। ਇਹ ਹਰਜੋਤ ਬੈਨ ਜੀ ਨੂੰ ਹੁਣ ਚੇਤੇ ਆਇਆ ਜੀ, ਜਦੋਂ ਸਾਰਾ ਕੰਮ ਹਾਰ ਗਏ ਹੋ ਤੁਸੀਂ 92 ਤੋਂ 32 ਤੇ ਆ ਗਏ, ਤੁਸੀਂ 13 ਚੋਂ 3 ਤੇ ਆ ਗਏ ਪਾਰਲੀਮੈਂਟ ਦੇ ਸੀਟਾਂ ਤੇ, ਤੁਹਾਡਾ ਚੀਫ ਮਿਨਿਸਟਰ ਜਾਣ ਵਾਲਾ ਤੇ ਬੈਂਸ ਦਾ ਵੀ ਹਾਲ ਉਹੀ ਹੋਣਾ ਜੋ ਭਗਵੰਤ ਦਾ ਹੋਣਾ। ਹੁਣ ਤੁਹਾਨੂੰ ਲੋਕਾਂ ਤੇ ਵੇਖੋ, ਇਹ ਗਵਰਨਮੈਂਟ ਚ ਹੋਇਆ 2.5 ਸਾਲ ਬਾਅਦ ਤੁਸੀਂ ਦੂਜਿਆਂ ਨੂੰ ਅਕਿਊਜ਼ ਕਰੋ ਤੇ ਇੱਕ ਕੌਂਸਲਰ ਡੰਪ, ਇੱਕ ਕੌਂਸਲਰ ਜਿਹੜਾ ਉਹ ਡੰਪ ਨੂੰ ਮੂਵ ਕਰਾ ਸਕਦਾ? ਇਹ ਤੇ ਗਵਰਨਮੈਂਟ ਲੈਵਲ ਤੇ ਚੀਜ਼ਾਂ ਹੁੰਦੀਆਂ ਨੇ। ਜੇ 2.5 ਸਾਲਾਂ ਚ ਆਪ ਨਹੀਂ ਕਰਾ ਸਕੀ ਤੇ ਸੁਰਿੰਦਰ ਕੌਰ ਜੀ ਇਕੱਲੇ ਜਸਟ ਐਜ਼ ਅ ਕਾਉਂਸਲਰ ਮੂਵ ਕਰਾ ਸਕਦੇ? ਦੀਸ ਡਿਸੀਜਨਸ ਆਰ ਟੇਕਨ ਐਟ ਦੀ ਚੀਫ ਮਿਨਿਸਟਰਸ ਲੈਵਲ। ਇੱਕ ਡੰਪ ਨੂੰ ਮੂਵ ਕਰਨਾ, ਨਵੀਂ ਜਗ੍ਹਾ ਐਕਵਾਇਰ ਕਰਨੀ ਹੈ, ਸਾਰਾ ਕੁਝ ਕਰਨਾ, ਇਹ ਤੇ ਮੇਜਰ ਪ੍ਰੋਜੈਕਟ ਹੈ ਜੀ, ਇਟ ਕੈਨੋਟ ਬੀ ਡਨ ਐਟ ਦੀ ਲੈਵਲ ਆਫ ਪੁਲਿਸ ਮਿਊਨਸੀਪਲ ਕਾਉਂਸਲਰ। ਬਾਜਵਾ ਜੀ, ਕਿਉਂਕਿ ਹਿਮਾਚਲ ਦੇ ਵਿੱਚ ਨਾ ਰੋਜ਼ ਵੀਡੀਓ ਸਾਹਮਣੇ ਆ ਰਹੀ ਹੈ, ਪੰਜਾਬ ਦੇ ਲੋਕਾਂ ਦੇ ਨਾਲ ਉੱਥੇ ਵਿਤਕਰਾ ਕੀਤਾ ਜਾ ਰਿਹਾ ਆ, ਦੁਰਵਿਵਹਾਰ ਕੀਤਾ ਜਾ ਰਿਹਾ ਆ। ਹਾਲਾਂਕਿ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਸੁੱਖੂ ਹੈ ਉਹਨਾਂ ਨਾਲ ਗੱਲਬਾਤ ਕੀਤੀ, ਲੇਕਿਨ ਨਾ ਕੋਈ ਸਟ੍ਰਿਕਟ ਐਕਸ਼ਨ ਕਰਦੇ ਨਜ਼ਰ ਆ ਰਹੇ। ਕੱਲ੍ਹ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕੇ ਹੈ। ਆਮ ਆਦਮੀ ਤੇ ਤਾਂ ਚੁੱਕੇ ਜੇ ਇੱਥੇ ਨਾ ਕੁਝ ਹੁੰਦਾ। ਪੰਜਾਬ ਦੇ ਵਿੱਚ ਰੋਜ਼ ਵਿਤਕਰੇ ਪੰਜਾਬੀਆਂ ਨਾਲ ਹੋ ਰਹੇ ਨੇ, ਨੌਜਵਾਨ ਬੱਚੇ ਸਾਡੇ ਘਰਾਂ ਦੇ ਵਿੱਚੋਂ ਨਸ਼ੇ ਨਾਲ ਮਾਰੇ ਜਾ ਰਹੇ ਨੇ। ਸਾਰਿਆਂ ਨੂੰ ਵੱਡਾ ਮੁੱਦਾ ਜਲੰਧਰ ਵੈਸਟ ਇਹੀ ਹੈ, ਨਸ਼ੇ ਦਾ ਮੁੱਦਾ, ਉਹ ਤਾਂ ਇਹਨਾਂ ਕੋਲ ਥੰਮਿਆ ਨਹੀਂ ਜਾ ਰਿਹਾ। ਅਸੀਂ ਕੰਡੈਮ ਕਰ ਰਹੇ ਹਾਂ ਜੋ ਕੁਝ ਵੀ ਹਿਮਾਚਲ 'ਚ ਹੋਇਆ। ਚੰਨੀ ਜੀ ਨੇ ਵੀ, ਸੁੱਖੂ ਜੀ ਨਾਲ ਗੱਲ ਕੀਤੀ, ਮੈਂ ਵੀ ਕੀਤੀ, FIRs ਦਰਜ ਕੀਤੀਆਂ ਗਈਆਂ ਨੇ। ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀਆਂ BJP ਦੀਆਂ ਏਜੰਸੀਜ਼ ਨੇ ਇਸ ਕਿਸਮ ਦਾ ਮਾਹੌਲ ਦੇਸ਼ 'ਚ ਬਣਾਉਣ ਵਾਸਤੇ ਪੰਜਾਬੀਆਂ ਦੇ ਖਿਲਾਫ ਵਿਸ਼ੇਸ਼ ਤੌਰ 'ਤੇ ਇੱਕ ਨੁਮਾਇਆ ਰੋਲ,